ਦੋਸਤੋ ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਮੈਡਮ ਅਨੀਤਾ ਸਿੰਘ ਪ੍ਰਕਾਸ਼ ਜੀ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਇੱਥੇ ਪਹੁੰਚੇ ਹਾਂ। ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਅਤੇ ਨਾਲ ਦੇ ਨਾਲ ਹੋਰ ਮੈਮ ਅੱਜ ਤੁਸੀਂ ਇੱਥੇ ਚੋਣ ਪ੍ਰਚਾਰ 'ਚ ਪਹੁੰਚੇ, ਚੋਣ ਪ੍ਰਚਾਰ ਦੇ ਦੌਰਾਨ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਕੋਈ ਆ ਗਿਆ, ਕਿਉਂਕਿ ਨੌ ਹਲਕੇ ਆ ਲੋਕ ਸਭਾ ਹਲਕੇ ਵਿੱਚ। ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਿ ਇਹ ਹੁਸ਼ਿਆਰਪੁਰ ਇੱਕ ਔਰਤ ਨੂੰ ਦੇਖਿਆ ਔਰ ਜੋ ਮਾਹੌਲ ਹੈ ਉਹ ਮੋਦੀ ਜੀ ਦੇ ਜਿਹੜੇ ਕੰਮ ਹੈ ਦੇਸ਼ ਦਾ ਨਾਮ ਰੋਸ਼ਨ ਕੀਤਾ ਆ ਉਹਨੂੰ ਲੈ ਕੇ ਇਲੈਕਸ਼ਨ ਹੋ ਰਹੀ ਹੈ ਔਰ ਮਾਹੌਲ ਬਹੁਤ ਅੱਛਾ ਆ, ਵਰਕਰਾਂ 'ਚ ਬਹੁਤ ਉਤਸ਼ਾਹ ਆ, ਡਟ ਕੇ ਕੰਮ ਕਰ ਰਹੇ ਆ ਔਰ ਮੈਨੂੰ ਅਤੇ ਵਰਕਰਾਂ ਨੂੰ ਵੀ ਸਾਡਿਆਂ ਨੂੰ ਪੂਰਾ ਵਿਸ਼ਵਾਸ ਦਵਾਉਂਦੇ ਆ ਮੋਦੀ ਜੀ ਨੂੰ ਕਿ ਇਹ ਸੀਟ ਜਿੱਤ ਕੇ ਉਹਨਾਂ ਨੂੰ ਝੋਲੀ ਵਿੱਚ ਜ਼ਰੂਰ ਪਾਵਾਂ। ਮੈਮ ਗੱਲ ਕਰੀਏ ਅਸੀਂ ਚੋਣਾਂ ਦੇ ਵਿੱਚ ਇਲੈਕਸ਼ਨ ਜਿਵੇਂ ਧੁਰੰਧਰ ਅੱਗੇ ਕਿਤੇ ਨਾ ਕਿਤੇ ਅਲਾਇੰਸ ਹੋ ਕੇ ਇਸ ਵਾਰ ਸਾਰੇ ਪਾਰਟੀਆਂ ਦੇ ਇੰਡੀਪੈਂਡੈਂਟ, ਚਾਹੇ ਉਹ ਖੇਤਰੀ ਪਾਰਟੀ ਹੈ ਚਾਹੇ ਉਹ ਨੈਸ਼ਨਲ ਪਾਰਟੀ ਹੈ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ, ਕਿਹਦੇ ਨਾਲ ਤੁਹਾਡਾ ਮੁਕਾਬਲਾ? ਮੈਂ ਕਿਸੇ ਨਾਲ ਵੀ ਮੁਕਾਬਲਾ ਨਹੀਂ ਸਮਝਦੀ ਹੁੰਦੀ ਜੀ, ਅਸੀਂ ਆਪਣੇ ਪਰਮਾਤਮਾ 'ਤੇ ਵਿਸ਼ਵਾਸ ਕਰਕੇ ਕੰਮ ਸ਼ੁਰੂ ਕਰੀਦਾ ਹੈ ਔਰ ਜਿੱਤ ਨੂੰ ਲੈ ਕੇ ਕੰਮ ਸ਼ੁਰੂ ਕਰੀਦਾ ਹੈ। ਕਦੀ ਵੀ ਮਨ ਇਸ ਪਾਸੇ ਨੂੰ ਨਹੀਂ ਗਿਆ ਕਿ ਸਾਡਾ ਮੁਕਾਬਲਾ ਕਿਤੇ ਨਾਲ ਹੈ, ਇਸ ਕਰਕੇ ਮੁਕਾਬਲਾ ਕਿਸੇ ਨਾਲ ਨਹੀਂ ਹੈ, ਪਰਮਾਤਮਾ ਦਾ ਆਸ਼ੀਰਵਾਦ ਨਾਲ ਹੈ, ਇਹ ਹਲਕਾ ਅਸੀਂ ਜ਼ਰੂਰ ਜਿੱਤਾਂਗੇ। ਦੇਖੋ ਮੈਂ ਆਪਣੇ ਬੋਲ ਕੇ ਵੀ ਹਟੀ ਹਾਂ, ਮੁੱਦੇ ਸੋਮ ਪ੍ਰਕਾਸ਼ ਜੀ ਨੇ ਬਹੁਤ ਕੰਮ ਕੀਤੇ ਆ, ਪਬਲਿਕ ਨੂੰ ਅਸੀਂ ਵੀ ਦੱਸਣਾ, ਪਬਲਿਕ ਨੂੰ ਖੁਦ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਵੱਡੇ ਪ੍ਰੋਜੈਕਟ ਜਿਹੜੇ ਆ ਹੁਸ਼ਿਆਰਪੁਰ ਦੇ ਵਿੱਚ ਆਏ ਆ, ਤਾਂ ਪਬਲਿਕ ਨੂੰ ਪਤਾ, ਪਬਲਿਕ ਜਾਣੂ ਆ ਔਰ ਜਿਹੜੇ ਮੁੱਦੇ ਹੋਣ ਆਉਣ ਵਾਲੇ 5 ਸਾਲਾਂ ਦੇ ਵਿੱਚ ਪਬਲਿਕ ਮੈਨੂੰ ਦੱਸੂਗੀ, ਮੈਂ ਪਬਲਿਕ ਵਿੱਚ ਵਿਚਰਦੀ ਹਾਂ ਔਰ ਉਹ ਜਿਹੜੇ ਵੀ ਮੁੱਦੇ ਮੈਨੂੰ ਦੱਸੂਗੀ ਉਹ ਮੁੱਦਿਆਂ ਨੂੰ ਮੁੱਖ ਰੱਖ ਕੇ ਅਸੀਂ ਕੰਮ ਕਰਾਂਗੇ ਔਰ ਉਹ ਮੁੱਦਿਆਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਮ ਜਿਹੜੀ ਪਾਰਟੀ ਦੇ ਵਿੱਚ ਰੱਦੋ ਬਦਲ ਹੋ ਰਹੀ ਹੈ ਕਾਫੀ ਰਾਜਨੀਤੀ ਵਿੱਚ ਕੀ ਲੱਗ ਰਿਹਾ ਉਹਨਾਂ ਨੇ ਲੋਕ ਸਭਾ ਇਸ ਚੋਣ ਵਿੱਚ ਤੁਹਾਨੂੰ ਕੋਈ ਕਿਸਮ? ਦੇਖੋ ਬਹੁਤ ਸਾਰੇ ਲੋਕ ਜਿਹੜੇ ਆ ਭਾਰਤੀ ਜਨਤਾ ਪਾਰਟੀ ਵਿੱਚ ਆ ਰਹੇ ਔਰ ਇਹ ਕਾਮ ਸਭੀ ਹੀ ਹੈ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਜ਼ਿਆਦਾ ਆ ਰਹੇ ਹੈ ਔਰ ਇਹ ਸਾਰਿਆਂ ਦੀ ਖੁਸ਼ਕਿਸਮਤੀ ਹੈ ਕਿ ਮੋਦੀ ਜੀ ਇੰਨਾ ਜ਼ਿਆਦਾ ਕੰਮ ਕਰ ਰਹੇ ਆ ਦੇਸ਼ ਦੇ ਲਈ ਔਰ ਇਸੇ ਕਰਕੇ ਸਾਰੇ ਲੋਕਾਂ ਨੂੰ ਹੋਰ ਕੋਈ ਨਜ਼ਰ ਨਹੀਂ ਆ ਰਿਹਾ ਔਰ ਭਾਰਤੀ ਜਨਤਾ ਪਾਰਟੀ ਵੱਧ ਤੋਂ ਵੱਧ ਜੁਆਇਨ ਕਰ ਰਹੀ ਹੈ। ਮੈਮ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਤੇ ਬੀਜੇਪੀ ਦੇ ਸੀਨੀਅਰ ਕੈਂਡੀਡੇਟ ਕਿਸੇ ਨਾ ਕਿਸੇ ਗੱਲ ਕਰਕੇ ਨਾਰਾਜ਼ ਨੇ ਅਤੇ ਉਹਨਾਂ ਨੂੰ ਮਨਾਉਣ ਲਈ ਕਿ ਬੀਜੇਪੀ ਦੀ ਹਾਇਰ ਜਿਹੜੀ ਹੈ ਦੂਸਰੇ ਆਏ ਆ ਅਤੇ ਹੁਸ਼ਿਆਰਪੁਰ ਦੇ ਵਿੱਚ ਆਏ ਆ, ਕੀ ਲੱਗ ਰਿਹਾ ਆਉਣ ਵਾਲੇ ਸਮੇਂ 'ਚ ਲੋਕ ਸਭਾ ਦੇ ਵਿੱਚ ਕੋਈ ਨਹੀਂ? ਨਹੀਂ ਬਿਲਕੁਲ ਕੋਈ ਫਰਕ ਨਹੀਂ ਹੈ, ਮੇਰੇ ਨਾਲ ਕੋਈ ਨਾਰਾਜ਼ ਨਹੀਂ ਹੈ ਕਿਉਂਕਿ ਮੈਂ ਪਹਿਲਾਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਕੰਮ ਕਰਦੀ ਸੀ, ਹਰ ਇੱਕ ਦੇ ਨਾਲ ਮੈਂ ਗੱਲ ਕਰਦੀ ਸੀ, ਕਦੀ ਕੋਈ ਪਾਰਟੀ ਨੂੰ ਮੁੱਖ ਰੱਖ ਕੇ ਕੰਮ ਨਹੀਂ ਕੀਤਾ, ਨਾ ਸੋਮ ਪ੍ਰਕਾਸ਼ ਜੀ ਨੇ ਔਰ ਨਾ ਮੈਂ, ਔਰ ਪਾਰਟੀ ਦੇ ਕੰਮਾਂ ਨੂੰ ਅੱਗੇ ਲੈ ਕੇ ਅਸੀਂ ਕੰਮ ਕਰਦੇ ਸੀ ਔਰ ਇਸ ਕਰਕੇ ਮੇਰੇ ਨਾਲ ਤਾਂ ਕੋਈ ਵੀ ਨਾਰਾਜ਼ ਨਹੀਂ ਹੈ ਔਰ ਜੇ ਕੋਈ ਨਾਰਾਜ਼ ਵੀ ਹੈ ਤਾਂ ਮੈਂ ਉਹਨਾਂ ਨੂੰ ਵੀ ਅਪੀਲ ਕਰਦੀ ਹਾਂ ਤੁਸੀਂ ਆ ਕੇ ਮੇਰੇ ਨਾਲ ਬੈਠ ਕੇ ਗੱਲ ਕਰੋ ਔਰ ਇਹ ਨਾਰਾਜ਼ਗੀਆਂ ਦੂਰ ਹੋ ਜਾਣ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਇਹ ਸਨ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬੀਜੇਪੀ ਦੇ ਉਮੀਦਵਾਰ ਮੈਡਮ ਅਨੀਤਾ ਸਿੰਘ ਪ੍ਰਕਾਸ਼ ਜੀ, ਜਿਨ੍ਹਾਂ ਨੇ ਬਹੁਤ ਹੀ ਬਾਖੂਬੀ ਢੰਗ ਨਾਲ ਦੱਸਿਆ, ਜਿੱਥੇ ਨਾਰਾਜ਼ਗੀ ਨੂੰ ਵੀ ਬੜੇ ਤਰੀਕੇ ਨਾਲ ਦੱਸਦਾ ਵੀ ਉਹਨਾਂ ਦਾ ਕਿਸ ਤਰ੍ਹਾਂ ਸਾਰਿਆਂ ਦਾ ਨਾਲੇ ਰਾਬਤਾ ਆ, ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਨਹੀਂ ਜਿਹੜਾ ਉਹਦਾ ਨਾਰਾਜ਼ ਰਹਿੰਦਾ, ਕਿਉਂਕਿ ਪਹਿਲਾਂ ਜਿਹੜੇ ਸਾਡੇ ਮੰਤਰੀ ਸਾਹਿਬ ਸੀ ਸਿੰਘ ਪ੍ਰਕਾਸ਼ ਜੀ, ਉਹਨਾਂ ਨੇ ਕੀਤੇ ਕੰਮਾਂ ਨੂੰ ਵੀ ਲੈ ਕੇ ਇੱਕ ਵਿਚਾਰ ਆਇਆ ਹੁਸ਼ਿਆਰਪੁਰ ਹਲਕੇ ਦੇ ਲੋਕ ਬੈਟਰ ਜਾਣਦੇ ਨੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਲੋਕਾਂ ਤੱਕ, ਆਵਾਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਲਵਾਨ ਸਿੱਖ ਤੌਰ 'ਤੇ ਕਿਸੇ ਨੂੰ ਕੋਈ ਵੋਟ ਨੂੰ ਸਪੋਰਟ ਨੂੰ ਕੋਈ ਦਿੱਕਤ ਆ ਗਈ ਉਹ